ਉਹਨਾਂ ਨੂੰ ਵੀ ਪਿਆਰ ਮਿਲਿਆ ਤੇ ਇੱਕ ਹੁੰਦਾ ਫਿਲਮ 뮤직 ਜ਼ਿਆਦਾ ਪਿਆਰ ਮਿਲਦਾ ਨਾ ਤੁਸੀਂ ਫਿਲਮ 뮤직 ਨੂੰ ਪਹਿਲਾਂ ਕਰਦੇ ਸੀ ਐਗਜ਼ੈਕਟਲੀ ਹਲੇ ਵੀ ਮੈਂ ਕਰਦੀ ਆ ਅੱਛਾ ਤੁਸੀਂ ਫਿਲਮਾਂ ਲਈ ਆ ਬਟ ਕੀ ਫਿਲਮਾਂ ਲਈ ਗਾ ਕੇ ਕਿਸੇ ਸਿੰਗਰ ਦਾ ਗੁਜ਼ਾਰਾ ਹੋ ਸਕਦਾ ਤੁਹਾਨੂੰ ਲੱਗਦਾ ਅੱਜ ਦੇ ਆਈ ਥਿੰਕ ਹੋ ਸਕਦਾ ਹੈ ਹੋ ਸਕਦਾ ਹੈ ਬਟ ਟਾਈਮ ਟਾਈਮ ਦੇ ਨਾਲ ਨਾ ਚੀਜ਼ਾਂ ਚੇਂਜ ਹੁੰਦੀਆਂ ਜਾਂਦੀਆਂ ਨੇ ਤੇ ਟਾਈਮ ਟਾਈਮ ਦੇ ਨਾਲ ਸਾਨੂੰ ਵੀ ਉਸ ਟਾਈਮ ਦੇ ਨਾਲ ਚੇਂਜ ਹੋਣਾ ਪੈਂਦਾ ਕਿ ਤੁਸੀਂ ਆਂਦੇ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਨਾ ਮੈਨੂੰ ਬੜੀ ਵਧੀਆ ਲੱਗੀ ਸੀ ਕਿ ਉਹ ਇਨਸਾਨ ਡੈਸ਼ ਡੈਸ਼ ਹੁੰਦਾ ਹੈ ਜਿਹੜਾ ਚੇਂਜ ਨਹੀਂ ਹੁੰਦਾ ਇਸ ਸਮੇਂ ਦੇ ਨਾਲ ਬਦਲਣਾ ਚਾਹੀਦਾ ਕਿ ਮੈਂ ਕਿਹਾ ਸੀਗਾ ਕਿ ਇੱਕ ਇਨਸਾਨ ਬੋਲ ਲੋ ਉਹ ਚੱਲੇਗਾ ਚੱਲੇਗਾ ਜਿੰਨੇ ਵੀ ਸਾਨੂੰ ਲੋਕੀ ਦੇਖ ਰਹੇ ਨੇ ਇਹਨਾਂ ਨੇ ਆ ਨੀ ਬੋਲਿਆ ਸੀ ਕੁਛ ਹੋਰ ਬੋਲਿਆ ਸੀ ਡੰਗਰ ਆਈ ਡੋਂਟ ਵਾਂਟ ਟੂ ਐਕਸਪਲੇਨ ਦੈਟ ਵਰਡ ਉਹ ਬੜਾ ਬੜਾ ਛੋਟਾ ਜਿਹਾ ਵਰਡ ਹੈ ਸੀ ਬੜਾ ਕਿਊਟ ਲੱਗਦਾ ਮੈਨੂੰ ਨਹੀਂ ਨਾ ਪ੍ਰੋਬਲਮ ਸਾਨੂੰ ਪਤਾ ਕਿ ਉਹ ਟਾਈਮ ਨੀ ਰਹਿ ਗਿਆ ਪਹਿਲਾਂ ਵਾਂਗ ਕਿ ਤੁਸੀਂ ਮਾਈਕ ਤੇ ਜਾ ਕੇ ਖੜੇ ਹੋ ਕੇ ਗਾਓ ਤੇ ਪੁਸ਼ਤਾਂ ਤੱਕ ਕਿਸੇ ਦਾ ਨੀ ਹੋ ਸਕਦਾ ਜਿਹੜੇ ਉਹ ਆਰਟਿਸਟ ਰਹਿ ਚੁੱਕਿਆ ਸੋ ਉਹਨਾਂ ਦਾ ਟਾਈਮ ਮੈਂ ਉਹਨਾਂ ਨੂੰ ਦੋ ਤਿੰਨ ਤੁਹਾਨੂੰ ਪਤਾ ਨਾ ਕਿ ਸ਼ੀ ਇਜ਼ ਮਾਈ ਆਈਡਲ ਉਹ ਮੈਨੂੰ ਦੋ ਤਿੰਨ ਵਾਰ ਮਿਲਿਆ ਬਟ ਉਹਨਾਂ ਨੂੰ ਮੈਂ ਕਦੀ ਇਹ ਨੀ ਦੱਸਿਆ ਕਿ ਮੈਂ ਮੰਨਤ ਨੂਰ ਮੈਂ ਸਿੰਗਰ ਹਾਂ ਮੈਂ ਕਦੀ ਵੀ ਉਹਨਾਂ ਨੂੰ ਇੱਦਾਂ ਨਹੀਂ ਮੈਂ ਤਾਂ ਉਹਨਾਂ ਜਿੱਥੇ ਹੀ ਮਿਲੇ ਮੈਨੂੰ ਪੈਰਾਂ ਤੇ ਹੱਥ ਲਾ ਕੇ ਮੈਨੂੰ ਦੇਖ ਕੇ ਨਾ ਤੇ ਮੈਂ ਨਾ ਇੰਨੀ ਜ਼ਿਆਦਾ ਮਤਲਬ ਕਿ ਮੈਨੂੰ ਇੰਨਾ ਉਹਨਾਂ ਦੀ ਆਵਾਜ਼ ਨਾਲ ਇੰਨਾ ਜ਼ਿਆਦਾ ਪਿਆਰ ਹੈ ਨਾ ਕਿ ਉਹਨਾਂ ਦੇ ਅੱਗੇ ਮੈਂ ਬੋਲ ਨਹੀਂ ਸਕਦੀ ਮੈਂ ਦੇਖਦੀ ਰਹਿ ਜਾਂਦੀ ਖਿਆਲ ਕਿਆ ਆਦਮੀ ਸੀ ਮੈਂ ਉਹਦੇ ਹਮੇਸ਼ਾ ਪੈਰ ਹੀ ਹੱਥ ਲਾ ਕੇ ਤੇ ਨਮਸਕਾਰ ਕਰਕੇ ਬਸ ਦੈਟਸ ਕਦੇ ਨਹੀਂ ਕਦੇ ਮਨ ਹੈਗਾ ਉਹਨਾਂ ਨਾਲ ਬਹਿ ਕੇ ਗੱਲ ਦੱਸਣ ਦਾ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ ਹਾਂ ਨਹੀਂ ਮੈਂ ਕਦੀ ਮੈਂ ਜ਼ਰੂਰ ਮਿਲੂੰਗੀ ਮੈਂ ਜ਼ਰੂਰ ਮਿਲੂੰਗੀ ਬਟ ਉਹ ਵੀ ਜਦੋਂ ਮੈਨੂੰ ਇਦਾਂ ਵੀ ਕਦੀ ਮਿਲ ਜਾਂਦੇ ਤਾਂ ਮੇਰੇ ਲਈ ਵੱਡੀ ਗੱਲ ਹੁੰਦੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਨਾ ਮਤਲਬ ਜ਼ਿੰਦਗੀ ਦੇ ਵਿੱਚ ਯਾਦ ਕਰਦਾ ਹੈ ਨਾ